ਗੁਰਮੁਖ ਰੋਮ ਰੋਮ ਹਰ ਧਿਆਵੇ, ਇੱਕ ਮਹਾਂਪੁਰਸ਼ ਹੋਏ ਆ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਆਵਾਜ਼ ਆ ਰਹੀ ਮਾਲਕ ਦੇ ਨਾਮ ਦੀ, ਰੋਮ ਰੋਮ ਦੇ ਵਿੱਚੋਂ ਇੱਕ ਮਹਾਂਪੁਰਸ਼ ਸਾਨੂੰ ਮਿਲੇ, ਅਸੀਂ ਉਹਨਾਂ ਨੂੰ ਨਮਸਕਾਰ ਕੀਤੀ, ਉਹਨਾਂ ਦੇ ਚਰਨਾਂ 'ਤੇ ਆਪਣਾ ਮਸਤਕ ਰੱਖਿਆ ਅਤੇ ਅੰਦਰੋਂ ਐਸਾ ਅਨੁਭਵ ਹੋਇਆ ਕਿ ਪਤਾ ਨਹੀਂ ਕਿਹੜੀ ਅਵਸਥਾ ਵਿੱਚ ਪਹੁੰਚ ਗਏ। ਉਹੀ ਜਿਸ ਤਰ੍ਹਾਂ ਕਿਸੇ ਨੂੰ ਨਸ਼ੇ ਵਿੱਚ ਇਨਸਾਨ ਹੋ ਜਾਂਦਾ, ਇਸ ਤਰ੍ਹਾਂ ਉਹ ਖੁਮਾਰੀ ਦੇ ਉਹ ਸਿਮਰਨ ਦੇ ਨਾਲ ਮਨ ਜੁੜ ਗਿਆ, ਕੁਛ ਚੰਗਾ ਨਹੀਂ ਲੱਗ ਰਿਹਾ, ਉਹ ਐਸੀ ਅਵਸਥਾ ਹੈ। ਤੋ ਕਈ ਵਾਰ ਮਹਾਂਪੁਰਸ਼ ਜਿਹੜੇ ਸਿਮਰਨ ਕਰਦੇ ਉਹਨਾਂ ਦੇ ਚਰਨਾਂ ਦੇ ਨਾਲ, ਕਿਉਂਕਿ ਜਿਹੜਾ ਸਾਡਾ ਮਸਤਕ ਹੈ ਇਹਦੇ ਨਾਲ ਉਸ ਪਰਮਾਤਮਾ ਦਾ ਉੱਥੇ ਜਾਗਰਤ ਸੁਪਨ ਸਕੋਪਤ ਤੁਰਿਆ, ਆਤਮ ਕੋਪਤ ਕੀ ਹੈ ਪੁਰਿਆ, ਜਾਗਰਤ ਵਿੱਚ ਪਰਮਾਤਮਾ ਸਾਡੀਆਂ ਇਹ ਦੋਨਾਂ ਅੱਖਾਂ ਦੇ ਸੈਂਟਰ 'ਚ ਰਹਿੰਦਾ। ਤੋ ਮਹਾਰਾਜ ਕਹਿੰਦੇ ਕਿ ਉਹ ਜਿਸ ਵੇਲੇ ਮਸਤਕ ਲੱਗਦਾ ਤਾਂ ਫਿਰ ਕਈ ਵਾਰ ਜਿਹੜੇ ਸਿਮਰਨ ਵਾਲੇ ਉਹ ਸਿਮਰਨ ਚਲਾ ਦਿੰਦੇ ਅੰਦਰ, ਆਪਣੇ ਆਪ ਜਪਾ ਜਾਪ ਸ਼ੁਰੂ ਹੋ ਜਾਂਦਾ। ਤੋ ਐਸੀ ਮਾਲਕ ਦੀ ਭਗਤੀ, ਐਸੀ ਬੰਦਗੀ ਆ ਇਹ ਮਹਾਂਪੁਰਸ਼ਾਂ ਦੇ ਚਰਨਾਂ 'ਚੋਂ ਮਿਲਦੀ ਆ। ਤੋ ਮਹਾਰਾਜ ਕਹਿੰਦੇ ਕਿ ਦੁਰਮਤ ਦੇਖ ਦਿਆਲ ਹੋਏ, ਫਿਰ ਲਿਵ ਲੱਗੀ ਤੇ ਸੋਤਿਓ ਨਿਤ ਪੜਾਏ ਕਰੇ ਸੋਤਾ, ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਅੰਤ ਕਾਲ ਜਮ ਜਾਲ ਤੋੜ, ਨਰਕੇ ਵਿੱਚ ਨਾ ਖਾਦ ਉਸ ਗੋਤਾ, ਗਈ ਵੈਕੁੰਠ ਵਿਵਾਨ ਚੜ, ਨਾਉ ਨਾਰਾਇਣ ਸ਼ੋਤ ਅਸ਼ੋਤਾ, ਥਾਉ ਨ ਥਾਵੇਂ ਮਾਨ ਮਨੋਤਾ। ਤੋ ਗੁਰੂ ਪਾਤਸ਼ਾਹ ਉਹਨਾਂ 'ਤੇ ਕਿਰਪਾ ਕਰਦੇ ਆ ਜਿਹਨਾਂ ਨੂੰ ਪਰਮਾਤਮਾ 'ਤੇ ਉਸ ਮਾਲਕ 'ਤੇ ਸ਼ਰਧਾ, ਪਿਆਰ ਹੈ, ਭਗਤੀ ਹੈ ਜਿਹਨਾਂ ਦੇ ਹਿਰਦੇ ਵਿੱਚ। ਆਓ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਜਿਨ੍ਹਾਂ ਨੇ ਬੈਠ ਕੇ ਸਿਮਰਨ ਕੀਤਾ, ਬੰਦਗੀ ਕੀਤੀ ਔਰ ਨਾਮ ਜਪਿਆ, ਉਹ ਉਹਨਾਂ ਦੇ ਜੀਵਨ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਿਹੜੇ ਨਾਮ ਦੇ ਨਾਲ ਜੁੜ ਗਏ ਉਹ ਮੁਕਤ ਹੋ ਗਏ, ਉਸ ਮਾਲਕ ਦੀ ਭਗਤੀ ਨੂੰ ਪ੍ਰਾਪਤ ਹੋ ਗਏ। ਸੋ ਆਓ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ